ਬੜਾ ਅੱਛਾ ਸਵਾਲ ਕੀਤਾ ਜੱਜਸ ਨੇ, ਇੰਟਰਨਲ ਔਰ ਆਊਟਰ ਬਿਊਟੀ। ਅਗਰ ਆਊਟਰ ਬਿਊਟੀ ਤੁਹਾਡੇ ਕੋਲ ਹੈ ਤਾਂ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ, ਅਗਰ ਤੁਹਾਡੇ ਕੋਲ ਇੰਟਰਨਲ ਬਿਊਟੀ ਹੈ ਤਾਂ ਉਹਦੇ ਨਾਲ ਜ਼ਿੰਦਗੀ ਨਾਲ ਲਿਪ ਸਕਦੀ ਹੈ। ਅਗਰ ਇਹ ਦੋ ਚੀਜ਼ਾਂ ਮਿਲ ਜਾਣ ਤਾਂ ਬੜਾ ਵਧੀਆ ਨਿਭਦਾ। ਬਟ ਜਿੱਥੇ ਇਹ ਗੱਲਾਂ ਜ਼ਰੂਰੀ ਨੇ ਸੁੰਦਰਤਾ ਦੇ ਮੁਕਾਬਲੇ ਵਿੱਚ, ਪਰ ਸੱਭਿਆਚਾਰ ਨੂੰ ਵੀ ਜਾਣਨਾ ਜ਼ਰੂਰੀ ਹੈ। ਜਿਵੇਂ ਪੰਜਾਬ ਦੀ ਗੱਲ ਕੀਤੀ ਹੈ, ਪਹਿਲੇ ਕਿਸੇ ਨੇ ਕਿਹਾ ਸੀ ਵੀ ਮੈਂ ਚੰਬੇ ਤੋਂ ਹਾਂ, ਤੁਹਾਨੂੰ ਸ਼ਾਇਦ ਪਤਾ ਨਹੀਂ ਹੋਏਗਾ ਵੀ ਪੰਜਾਬ ਜਿਹੜਾ ਅਫਗਾਨਿਸਤਾਨ ਦੀ ਧਰਤੀ ਤੋਂ ਲੈ ਕੇ ਹਿਮਾਚਲ ਸਾਰਾ ਵਿੱਚ ਆਉਂਦਾ ਸੀਗਾ, ਚਾਈਨਾ ਦੇ ਬਾਰਡਰ ਤੱਕ ਪੰਜਾਬ ਸੀਗਾ, ਔਰ ਦਿੱਲੀ ਦੇ ਲਾਲ ਕਿਲ੍ਹਾ ਪੰਜਾਬ ਦੇ ਅੰਦਰ ਸੀਗਾ, ਜਿਹਨੂੰ ਪੰਜਾਬੀਆਂ ਨੇ ਫਤਿਹ ਕੀਤਾ ਸੀਗਾ, ਮੁਗਲਾਂ ਤੋਂ ਆਜ਼ਾਦ ਕਰਾਇਆ ਸੀ, ਉੱਥੋਂ ਤੱਕ ਪੰਜਾਬ ਸੀਗਾ। ਅਤੇ ਭਾਸ਼ਾ ਥੋੜ੍ਹੀ ਬਦਲ ਗਈ, ਉੱਥੇ ਡੋਗਰੀ ਚਲੀ ਗਈ, ਇੱਥੇ ਲਹਿੰਦੇ ਪੰਜਾਬ ਦੀ ਭਾਸ਼ਾ, ਅੱਗੇ ਚਲੇ ਜਾਈਏ ਮਲਵਈ ਭਾਸ਼ਾ। ਇਸ ਲਈ ਇਹ ਚੀਜ਼ਾਂ ਨੂੰ, ਸੱਭਿਆਚਾਰ ਨੂੰ ਸਾਂਭ ਕੇ ਰੱਖਣਾ ਜ਼ਰੂਰੀ ਹੈ, ਤਾਂ ਹੀ ਇਹ ਜਿਹੜਾ ਕੰਸੈਪਟ ਹੈ ਸਾਡਾ ਮਿਸਿਸ ਪੰਜਾਬ ਕਰਾਉਣ ਦਾ ਸਕਸੈਸਫੁਲ ਹੋ ਸਕਦਾ। ਮੈਂ ਨੈਕਸਟ ਕੰਟੈਸਟੈਂਟ ਬੁਲਾਵਾਂਗਾ, 512 ਸੁਰਜੀਵਾਨ ਕੁਮਾਰੀ। ਸਤਿ ਸ਼੍ਰੀ ਅਕਾਲ ਜੱਜਿਸ ਸਾਰਿਆਂ ਨੂੰ, ਅਤੇ ਜਿੰਨੇ ਵੀ ਸਾਰੇ ਇੱਥੇ ਆਏ ਆ ਇੰਟਰਟੇਨ 9 to 9 ਇੰਟਰਟੇਨਮੈਂਟ ਟੀਮ ਦਾ, ਸਾਰਿਆਂ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ, ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਪਠਾਨਕੋਟ ਦੇ ਵਿੱਚ ਇਹ ਆਡੀਸ਼ਨ ਕਰਵਾਏ ਆ, ਅਤੇ ਜਿਹੜੀਆਂ ਮੈਰਿਡ ਲੇਡੀਜ਼ ਹੈਗੀਆਂ ਜਿਨ੍ਹਾਂ ਨੂੰ ਕਿ ਮਤਲਬ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਨਹੀਂ ਮਿਲਦਾ, ਜਾਂ ਉਹਨਾਂ ਦੇ ਦਿਲ ਦੇ ਸੁਪਨੇ ਨਾ ਜਿਹੜੇ ਮਤਲਬ ਅਨਮੈਰਿਡ ਦੇ ਵਿੱਚ ਰਹਿ ਗਏ ਨਾ ਪੂਰੇ ਕਰਨ ਦੇ, ਜਾਂ ਉਹਨਾਂ ਨੇ ਜੋ ਸੋਚਿਆ ਕੁਛ ਬਣਨ ਦਾ ਉਹ ਉਹਨਾਂ ਦੇ ਪੂਰੇ ਨਹੀਂ ਹੋਏ, ਪਰ ਇਸ ਟੀਮ ਨੇ ਇੱਥੇ ਇਹ ਮਤਲਬ ਮੰਚ ਲੈ ਕੇ ਇੱਥੇ ਪਲੈਟਫਾਰਮ ਦਿੱਤਾ, ਅਤੇ ਬਹੁਤ ਵੱਡੀ ਗੱਲ ਹੈ, ਅਤੇ ਇਸ ਗੱਲ ਲਈ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ, ਔਰ ਬਹੁਤ ਜ਼ਿਆਦਾ ਖੁਸ਼ ਵੀ ਹੈਗੇ ਹਾਂ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਆਪਣੇ ਆਪ ਨੂੰ ਆਪਾਂ ਦਿਖਾ ਸਕੀਏ ਇੱਥੇ, ਰਿਪ੍ਰਜੈਂਟ ਕਰ ਸਕੀਏ। ਔਰ ਮੇਰਾ ਨਾਮ ਸੁਰਜੀਵਨ ਕੁਮਾਰੀ ਆ, ਅਤੇ ਮੇਰੇ ਮਤਲਬ ਹਸਬੈਂਡ ਦਾ ਨਾਮ ਆ ਮਿਸਟਰ ਆਜ਼ਾਦ ਕੁਮਾਰ, ਅਤੇ ਉਹ ਫੋਰਨ 'ਚ ਰਹਿੰਦੇ ਨੇ, ਮੇਰੇ ਦੋ ਬੱਚੇ ਨੇ, 12 ਸਾਲ ਹੋ ਗਏ ਮੇਰੀ ਮੈਰਿਜ ਨੂੰ ਹੋਏ ਦੇ, ਅਤੇ ਬੇਟਾ ਮੇਰਾ 11 ਈਅਰ ਦਾ, ਬੇਟੀ ਮੇਰੀ 8 ਈਅਰ ਦੀ ਆ, ਅਤੇ ਮੇਰੀ ਬੇਟੀ ਨੇ ਹੀ ਮੈਨੂੰ ਜ਼ਿਆਦਾ ਮਤਲਬ ਮੋਟੀਵੇਟ ਕੀਤਾ ਕਿ ਮੰਮਾ ਤੁਹਾਨੂੰ ਕੁਛ ਕਰਨਾ ਚਾਹੀਦਾ, ਤੁਹਾਨੂੰ ਜਾਣਾ ਚਾਹੀਦਾ ਕਿ ਇਸ ਤਰ੍ਹਾਂ ਦਾ ਪਲੈਟਫਾਰਮ ਆਇਆ ਪਠਾਨਕੋਟ ਦੇ ਵਿੱਚ, ਅਤੇ ਤੁਹਾਨੂੰ ਮਤਲਬ ਜਾਣਾ ਚਾਹੀਦਾ, ਅੱਗੇ ਵਧਣਾ ਚਾਹੀਦਾ, ਅਤੇ ਕੁਛ ਮਤਲਬ ਦਿਖਾਉਣਾ ਚਾਹੀਦਾ। ਬਾਕੀ ਮੇਰੀ ਬੇਟੀ ਮੇਰੇ ਨਾਲ ਆਈ ਆ, ਉਹ ਮਿਸ ਨਹੀਂ ਕਰਦੀ ਆ ਕੋਈ ਵੀ ਚੀਜ਼, ਕਿਤੇ ਵੀ ਕੋਈ ਪ੍ਰੋਗਰਾਮ ਕਿਤੇ ਵੀ ਜਾਣਾ ਹੋਏ ਮੇਰੇ ਨਾਲ ਹੀ ਰਹਿੰਦੀ ਆ, ਔਰ ਇਸ ਆਡੀਸ਼ਨ ਦੇ ਵਿੱਚ ਵੀ ਉਹ ਮੇਰੇ ਨਾਲ ਹੀ ਆਈ ਆ, ਔਰ ਬਹੁਤ ਜ਼ਿਆਦਾ ਖੁਸ਼ ਵੀ ਹੈਗੀ ਆ। ਅਤੇ ਮੈਂ ਇਸ ਤਰ੍ਹਾਂ ਦੇ ਜੋਬ ਕਰਦੀ ਹਾਂ ਜੁਡੀਸ਼ੀਅਲ ਕੋਰਟ ਦੇ ਵਿੱਚ ਐਜ ਏ PLV, ਐਜ ਏ ਸੋਸ਼ਲ ਵਰਕਰ, ਲੋਕਾਂ ਦੀ ਜਿਹੜੇ ਗਰੀਬ ਨੇ, ਜਿਹੜੇ ਮਤਲਬ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਕਾਨੂੰਨ ਦੇ ਬਾਰੇ ਕੁਛ ਇੰਨਾ ਨੌਲੇਜ ਨਹੀਂ ਹੈਗਾ, ਉਹਨਾਂ ਦੀ ਹੈਲਪ ਕਰ ਰਹੇ ਹਾਂ, ਅਤੇ ਉਹਨਾਂ ਦੀ ਮਦਦ ਕਰ ਰਹੇ ਹਾਂ, ਤੋ ਮੈਨੂੰ 1 ਈਅਰ ਹੋ ਗਿਆ ਮਤਲਬ ਜੋਬ ਕਰਦੇ, ਔਰ ਇਸ ਟਾਈਮ ਦੇ ਵਿੱਚ ਮੈਂ ਕਮ ਸੇ ਕਮ ਵੀ 20-25 ਇੱਦਾਂ ਦੇ ਮਤਲਬ ਕੇਸਿਸ ਹੈ ਲੇਡੀਜ਼ ਜਿਹੜੀਆਂ ਕਿ ਜਿਨ੍ਹਾਂ ਨੂੰ ਮਤਲਬ ਕਦੀ ਉਹਨਾਂ ਨੇ ਸੋਚਿਆ ਨਹੀਂ ਸੀਗਾ ਵੀ ਉਹਨਾਂ ਦੇ ਕੋਰਟ ਦੇ ਵਿੱਚ ਹੱਲ ਹੋਣਗੇ, ਜਾਂ ਵਕੀਲ ਵਗੈਰਾ ਕਰ ਸਕਦੀਆਂ ਜਾਂ ਇਨਸਾਫ ਲੈ ਸਕਦੀਆਂ, ਕਿ ਉਹ ਇਸ ਤਰ੍ਹਾਂ ਦੀਆਂ ਮਤਲਬ ਸਮਾਜ ਦੇ ਵਿੱਚ ਰਹਿ ਰਹੀਆਂ ਸੀਗੀਆਂ ਕਿ ਉਹਨਾਂ ਦੇ ਸਾਰੇ ਹਸਬੈਂਡ ਜੋਬ ਕਰਨ ਦੇ ਬਾਵਜੂਦ ਵੀ ਆਪਣੇ ਪੇਕਿਆਂ ਦੇ ਘਰ 'ਚ ਰਹਿ ਰਹੀਆਂ, ਅਤੇ ਉਹਨਾਂ ਨੂੰ ਮਤਲਬ ਮਤਲਬ ਖਰਚਾ ਨਹੀਂ ਮਿਲ ਰਿਹਾ, ਜਾਂ ਆਪਣੇ ਕਾਨੂੰਨ ਦਾ ਪਤਾ ਨਹੀਂ ਹੈਗਾ ਵੀ ਸਾਡੇ ਕਾਨੂੰਨ ਕੀ ਦੇ ਰਿਹਾ ਸਾਨੂੰ, ਅਤੇ ਇਹ ਸਾਰੀ ਚੀਜ਼ਾਂ ਸਾਨੂੰ ਮਤਲਬ ਉਹਨਾਂ ਦੀਆਂ ਵੇਖੀਆਂ ਜਾ ਕੇ ਸਮਾਜ ਮਤਲਬ ਸਮਾਜ ਦੇ ਵਿੱਚ ਵਿਚਰ ਕੇ ਸਾਡੀ ਡਿਊਟੀਜ਼ ਹੁੰਦੀਆਂ ਕਿ ਪਿੰਡਾਂ ਦੇ ਵਿੱਚ ਜਾ ਕੇ ਵੇਖਣਾ ਕਿ ਇਹ ਲੋਕਾਂ ਨੂੰ ਮਤਲਬ ਵੀ ਦੇਖਣਾ ਕਿ ਕਿਸੇ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਅਤੇ ਇਹਦੇ ਵਿੱਚ ਕਾਫੀ ਜ਼ਿਆਦਾ ਮਤਲਬ ਹੈਲਪ ਕੀਤੀ ਹੈ ਲੋਕਾਂ ਦੀ, ਔਰ ਖੁਸ਼ੀ ਹੁੰਦੀ ਹੈ ਜਦੋਂ ਲੋਕ ਮੈਨੂੰ ਇਹ ਕਹਿੰਦੇ ਨੇ ਨਾ ਕਿ ਤੁਸੀਂ ਬਹੁਤ ਅੱਗੇ ਜਾਓਗੇ, ਤੁਸੀਂ ਕੁਛ ਕਰਕੇ ਦਿਖਾਓਗੇ, ਤੁਹਾਡੇ ਵਿੱਚ ਜਜ਼ਬਾ ਹੈਗਾ ਆ, ਮਤਲਬ ਲੋਕ ਮੈਨੂੰ ਕਹਿੰਦੇ, ਮੈਂ ਸੋਚਦੀ ਵੀ ਕੀ ਹੋਏਗਾ, ਉਹ ਮੈਨੂੰ ਅੱਜ ਇਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਮੈਂ ਇਹ 9 to 9 ਐਂਟਰਟੇਨਮੈਂਟ ਦਾ ਪਲੇਟਫਾਰਮ ਵੇਖਿਆ ਕਿ ਪਠਾਨਕੋਟ ਦੇ ਵਿੱਚ ਆ ਰਿਹਾ, ਔਰ ਮੈਨੂੰ ਡਾਂਸਿੰਗ ਦਾ ਸ਼ੌਂਕ ਹੈ, ਮਤਲਬ ਐਕਟਿੰਗ ਦਾ ਸ਼ੌਂਕ ਸੀਗਾ ਮੈਨੂੰ ਸ਼ੁਰੂ ਤੋਂ ਹੀ, ਪੂਰਾ ਨਹੀਂ ਹੋਇਆ ਕਦੀ, ਮੈਨੂੰ ਪਲੇਟਫਾਰਮ ਨਹੀਂ ਮਿਲਿਆ ਕਦੀ, ਮਤਲਬ ਲਾਈਫ ਦੇ ਵਿੱਚ ਇਸ ਤਰ੍ਹਾਂ ਟਾਈਮ ਨਹੀਂ ਆਇਆ, ਤਾਂ ਅੱਜ ਮੈਨੂੰ ਲੱਗਦਾ ਉਹਨਾਂ ਦੀਆਂ ਦੁਆਵਾਂ ਉਹ ਲੋਕਾਂ ਦੀਆਂ ਜਿਨ੍ਹਾਂ ਦੇ ਹੰਝੂ ਅਸੀਂ ਪੂੰਝੇ ਆ, ਅਤੇ ਉਹਨਾਂ ਦੀਆਂ ਦੁਆਵਾਂ ਅਸਰ ਕਰ ਗਈਆਂ, ਤਾਂ ਉਹਨਾਂ ਨੇ ਮੈਨੂੰ ਇੱਥੇ ਪਹੁੰਚਾ ਦਿੱਤਾ, ਮੈਂ ਸਟੇਜ 'ਤੇ ਪਹੁੰਚ ਗਈ ਹਾਂ। ਮੈਂ ਸੋਚਦੀ ਹਾਂ ਕਿ ਹਾਂ ਦੁਆਵਾਂ ਵਾਕੇ ਕੰਮ ਕਰਦੀਆਂ ਨਾ, ਅਸੀਂ ਕਿਸੇ ਦੀ ਹੈਲਪ ਕਰਦੇ ਹਾਂ, ਕਿਸੇ ਦੇ ਅਥਰੂ ਪੂੰਝਦੇ ਹਾਂ, ਅਤੇ ਰੱਬ ਸਾਡੀ ਆਟੋਮੈਟਿਕਲੀ ਸੁਣਦਾ, ਤਾਂ ਸਾਡੇ ਦਿਲ ਦੀਆਂ ਮਤਲਬ ਖਾਹਿਸ਼ਾਂ ਵੀ ਪੂਰੀਆਂ ਕਰਦਾ, ਸਾਡੇ ਸੁਪਨੇ ਵੀ ਪੂਰੇ ਕਰਦਾ, ਸਾਕਾਰ ਕਰਦਾ, ਅਤੇ ਉਹ ਮੌਕਾ ਮੈਨੂੰ ਇੱਥੇ ਮਿਲਿਆ। ਥੈਂਕਸ ਟੂ ਆਲ ਆਫ ਯੂ ਐਂਡ ਹਮਾਰੇ ਰਿਸਪੈਕਟਡ ਜੱਜਿਸ ਹੈ, ਕਿਊਟ ਕਿਊਟ
प्यारे प्यारे सभी को मैं मतलब थैंक्स कहना चाहती हूँ इसके लिए कि हाँ जी उसी के आपने उसी के सोशल वर्कर हाँ जी एक बहुत बड़ी समस्या आता आज दी हाँ जी उसी उन्हों खत्म करने की कर रहे सोशल वर्कर देता आते कितना खत्म हो सकती है कदाचित दाज इस समस्या मैडम इस तरह है कि सारे नू मिल के ही इस समस्या नू हल करना पैना असी कह लिए कि गरीब ही मतलब इस समस्या का हल कर लेगा जां दाज नहीं देगा मतलब कहने का इस तरह है कि जिस तरह जिहड़े हाईएस्ट सोसाइटी के लोग होंगे अमीर लोग होंगे ना वो ज़्यादा शोशा करते ज़्यादा पैसे मतलब खर्च करते अपने बेटिया के विवाह वास्ते शादियों में तो वो की होंगे कि जो गरीब बंदा होंगे उन्होंने भी अपने आप इनसल्ट फील होंगी कि मैं अपनी लड़की खाली तोरांगा तो मतलब वो साड़ी वो मतलब की वैल्यू होएगी वो इज्जत ना आएगी रिस्पैक्ट ना होएगी ये सोच आती है दिमाग में इसलिए सानू जो अमीर गरीब सारू भेद मिटा के तो इस जी लानत है ना समाज के इनू खत्म करना पैना तो जो शुरुआत होएगी वो हाई सोसाइटी जेडे हाँ जी मैडम इस तरह हाँ जी मैडम इस तरह ही हाँ जी मैडम वो एजुकेशन होनी चाहिए है लड़के लड़कियां जो अजकल जिन्हें मैरिज होनी है ज हो रही है उन्होंने इस बारे नॉलेज होना चाहिए कि जो दाज लेना देना एक लानत है तो इनू खत्म कर दीए साड़ी जी न्यू जनरेशन है उन्होंने अपने जी ओल्ड जनरेशन अपने माता पिता उन्होंने समझाना चाहिए जिन्ना ज़्यादा ही उन्होंने समझावे खुद समझागे ये नाल उन्नी जल्दी खत्म हो जाएगी हाँ जी मैडम उही ना मुंडे कुड़ियों रल के करना पैना है उपराला हाँ जी हाँ जी हाँ जी हाँ जी मुंडे लेना छोड़ेंगे दाज नहीं खत्म हो जाएगा हाँ जी मैडम चलो एक क्वेश्चन सभ्यता से रिलेटेड क्योंकि हमारा पंजाबी कल्चर नु रिप्रेजेंटेटिव कर रहा है साडा प्रोग्राम हाँ जी सेवियां की हुंदियां ने सेवियां खादियां ने कभी हाँ जी मैडम ओनु जद बटन वाली जड़ी मशीन हुंदी है ना सेवियां बटन वाली हाँ जी की कहंदे सिंपल एक वर्ड है मैडम सेवियां बटन वाली मशीन नू पता मैडम सोचना पै गया ना हां जी मैडम मैं यही चाहनी हां कि सानू कभी सोचना ना पवे साडे सभ्याचार नू दर्शाउंदे हां जी मैडम कुछ कहंदे हैं बच्चे ओके मैडम थैंक यू सो मच हां जी आज दे एक और सेलिब्रिटी साडे शहर दा मान सम्मान तां है ही है साडे शहर दे नाल नाल साडे पंजाब का भी माण वधाया उन्होंने तो साडे हिंदुस्तान का माण भी वधाया मेरी मुराद है मिसिज समायरा कौर जोरदार ताली नाल स्वागत करो दोस्तों मिसिज यूनिवर्स 2016 मिसिज समायरा कौर मैं चाहूँगा इमानत जी ते राज जन्नत प्लीज़ आके उन्होंने फ्लावर बुके दे के ऑनर करन जोरदार तालियां दोस्तों समायरा जी दे लई वार्म वेलकम समेरा कार मिसिज यूनिवर्स 2016 मिसिज एंजल यूनिवर्स 2016 मिसिज समेरा कार थैंक्स अ लॉट सारिआं नूं मेरे वल्लों सति श्री अकाल मेरा नाम निधि पठानिया है और मैं बेसिकली सुंदरचक दी रहन वाली हाँ और मेरी मैरिज दीनानगर तारागढ़ हुई है और मेरे ब्याह नूं 13 साल हो गए सति श्री अकाल निधि जी सति श्री अकाल बहुत सोहने लग रहे हो थैंक यू मैम इस मिसिज पंजाब दे तुसी शो विच आ के जी अज तुसी मिसिज पंजाब दा खिताब जीत लैंदे हो मेरा रिएक्शन कि मैं अगर मैं बन जानी हाँ तो मैं सारे मोटिवेट करा जी व्याई दी है कि सारे घर चूल्हा चौंका ही नहीं करना चाहिए अगे वध के तुसी रैंप वॉक अगे वध के सब कुछ कर सकते हो लेडीज किसी को घट नहीं हुंदियां और एक सक्सेसफुल लाइफ मैरिड लाइफ सक्सेसफुल मैरिड लाइफ दी तुसी किस चीज नु ज्यादा मानता दोगे कि किस कारण तुसी एक बहुत अच्छी हेल्दी लाइफ जी सकते हो मैरिड लाइफ की चीज जरूरी है अपनी फैमिली
ਫੈਮਿਲੀ ਹਸਬੈਂਡ ਸਾਰਿਆਂ ਦਾ ਸਪੋਰਟ ਹੋਏਗਾ ਤੇ ਤਾਂ ਹੀ ਮੈਂ ਅੱਗੇ ਵਧਾਂਗੀ, ਹਰ ਕੁਝ ਕਰ ਸਕਦੀ ਹਾਂ ਮੈਂ। ਨਹੀਂ, ਤੁਸੀਂ ਮੇਰੇ ਕੁਐਸਚਨ ਨਹੀਂ ਬੋਲੋ। ਹਾਂਜੀ ਮੈਮ, ਯੂ ਆਰ ਮੈਰਿਡ ਵੂਮਨ ਹੈ। ਹਾਂਜੀ। ਇੱਕ ਅੱਛੀ ਗ੍ਰਸਥੀ ਮਤਲਬ ਸੁਖੀ ਗ੍ਰਸਥ ਜੀਵਨ ਜਿਹਨੂੰ ਕਹਿੰਦੇ ਆ ਨਾ, ਹਾਂਜੀ, ਹੈਪੀਲੀ ਮੈਰਿਡ ਲਾਈਫ, ਹਾਂਜੀ, ਇਹ ਕਿਸ ਤਰ੍ਹਾਂ ਲਾਈਕ ਮਤਲਬ ਤੁਸੀਂ ਕਿਸ ਚੀਜ਼ ਨੂੰ ਤਵੱਜੋ ਦਿੰਦੇ ਹੋ ਕਿ ਕਿਸ ਤਰ੍ਹਾਂ ਤੁਸੀਂ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ? ਸੌਰੀ ਮੈਮ। ਹੈਲੋ। ਹਾਂਜੀ ਮੈਮ। ਕਹਿੰਦੇ ਕੁਛ ਲੋਕ ਸ਼ਖਸ ਹੋਤੇ ਔਰ ਕੁਛ ਲੋਕ ਸ਼ਖਸੀਅਤ ਹੋਤੀ ਹੈ, ਔਰ ਮੈਂ ਤੁਹਾਡੀ ਲਾਈਫ ਦੇ ਵਿੱਚ ਉਸ ਪਰਸਨੈਲਿਟੀਜ਼ ਨੂੰ ਜਾਣਨਾ ਚਾਹੁੰਦੀ ਹਾਂ ਜਿਨ੍ਹਾਂ ਦੀ ਸਪੋਰਟ ਨਾਲ ਤੁਸੀਂ ਇੱਥੇ ਆਏ ਹੋ, ਪਰ ਇੱਕ ਦਾ ਨਾਮ ਲੈਣਾ ਹੈ। ਹਾਂਜੀ, ਇੱਕ ਦਾ ਨਾਮ ਲੈਣਾ ਹੈ। ਮੇਰੇ ਹਸਬੈਂਡ ਜੋ ਆਏ ਹੋਏ ਨੇ ਮੇਰੇ ਨਾਲ। ਅੱਛਾ ਜੀ, ਅਤੇ ਮਾਂ ਕਿੱਥੇ ਗਈ? ਬਟ ਮੰਮੀ ਜਿਹੜੀ ਮੇਰੀ ਮਾਇਕੇ ਵਾਲੀ ਮੰਮੀ ਹੈ ਉਹ ਨਹੀਂ, ਮਤਲਬ ਜਦੋਂ ਤੁਸੀਂ ਅਨਮੈਰਿਡ ਸੀ ਤਾਂ ਤੁਹਾਨੂੰ ਸਪੋਰਟ ਮਿਲੀ ਕਰੋ? ਨਹੀਂ ਮਿਲੀ। ਨਹੀਂ, ਪਾਪਾ ਕਰਦੇ ਹੀ ਸਪੋਰਟ, ਬਟ ਉਹ ਜੋਬ ਕਰਦੇ ਹੀ, ਉਹ ਜ਼ਹਿਨ 'ਚ ਕਿਤੇ ਨਾ ਕਿਤੇ ਦਰਦ ਰਹਿ ਗਿਆ ਨਾ, ਤਾਂ ਫਿਰ ਹੁਣ ਹਸਬੈਂਡ ਦਾ ਨਾਮ ਆ ਗਿਆ ਅੱਗੇ। ਮੈਂ ਚਾਹੁੰਦੀ ਹਾਂ ਕਿ ਕਈ ਵਾਰੀ ਇਹ ਗਲਤੀ ਕਰ ਜਾਂਦੀਆਂ ਕੁੜੀਆਂ ਕਿ ਸਾਨੂੰ ਨਾ ਨੁੱਕਰ ਮਿਲੀ, ਸਾਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ, ਸ਼ਾਇਦ ਇਹਦੇ 'ਚ ਹੀ ਸਾਡਾ ਉਸ ਵਕਤ ਵਿੱਚ ਰਜ਼ਾਮੰਦੀ ਹੁੰਦੀ ਨਾ, ਕਿਉਂਕਿ ਉਹ ਆਪਣੀ ਸੋਚ ਦੇ ਮੁਤਾਬਿਕ ਸਹੀ ਸੋਚਦੇ ਆ। ਕਹਿੰਦੇ ਤੁਸੀਂ ਰਾਜ਼ੀ ਜੇ ਆਪਣਾ ਰੱਬ ਕਰਨਾ, ਮਾਂ ਦੀ ਖਿਦਮਤ ਰੱਜ ਰੱਜ ਕਰਨਾ, ਆਪਣੀ ਮਾਂ ਨੂੰ ਪਿਆਰ ਨਾਲ ਵੇਖ ਲੈਣਾ, ਘਰ ਬੈਠਿਆਂ ਜਿਹਨੇ ਹੱਜ ਕਰਨਾ। ਸੋ ਸਭ ਤੋਂ ਪਹਿਲਾਂ ਮਾਂ ਹੈ, ਔਰ ਮਾਂ ਦੀ ਕੁੱਖੋਂ ਅਸੀਂ ਜਨਮ ਲਿਆ, ਉਹਨਾਂ ਦੀ ਬਦੌਲਤ ਅਸੀਂ ਇੱਥੇ ਰੂਬਰੂ ਹੋਏ ਹਾਂ ਸਭ ਦੇ ਸਾਹਮਣੇ। ਸੋ ਮਾਂ ਨੂੰ ਜ਼ਰੂਰ ਅੱਗੇ ਰੱਖਿਆ ਕਰੋ, ਮਾਂ ਰੱਬ ਦਾ ਦੂਸਰਾ ਨਾਮ ਹੈ। ਹਾਂਜੀ ਮੈਮ, ਠੀਕ ਹੈ ਜੀ, ਠੀਕ ਹੈ। ਔਰ ਸਾਕਸ਼ਾਤ ਰੱਬ ਹੀ ਹੈ ਜਿਹੜਾ ਮਾਂ ਦਾ ਰੂਪ ਸਾਨੂੰ ਲੈ ਕੇ ਆਇਆ ਹੈ। ਹਾਂਜੀ ਮੈਮ। ਅੱਛਾ ਜੀ, ਇੱਕ ਸੱਭਿਆਚਾਰ ਦੇ ਨਾਲ ਰਿਲੇਟਡ ਕੁਐਸਚਨ ਹੈ ਜੀ। ਸਿਰ 'ਤੇ ਜਿਹੜਾ ਘੜਾ ਟਿਕਾਉਂਦੀਆਂ ਨੇ ਮੁਟਿਆਰਾਂ, ਹੈ ਨਾ, ਕਿਸ ਚੀਜ਼ 'ਤੇ ਟਿਕਾਉਂਦੀਆਂ ਨੇ, ਕਿਹੜੀ ਚੀਜ਼ ਹੈ ਜਿਸ 'ਤੇ ਘੜਾ ਟਿਕਾਇਆ ਜਾਂਦਾ ਹੈ? ਮੈਮ ਬਣਿਆ ਹੁੰਦਾ ਗੋਲ ਗੋਲ ਜਿਹਾ, ਉਹ ਗੋਲ ਗੋਲ ਕੀ ਹੁੰਦਾ ਹੈ? ਸੋਰੀ ਮੈਮ, ਨਹੀਂ ਪਤਾ। ਠੀਕ ਹੈ ਜੀ, ਥੈਂਕ ਯੂ। ਹੈਲੋ, ਬਾਬਾ ਸੀਰੀਅਸ ਜਿਹਾ ਹੋ ਗਿਆ ਹੈ ਨਾ ਮੈਮ। ਛੋਟੇ ਹੁੰਦੇ ਲੁੱਕਣ ਮਿੱਟੀ ਖੇਡਦੇ ਹੁੰਦੇ ਸੀਗੇ। ਹਾਂਜੀ। ਤੇ ਜਦੋਂ ਵਾਰੀ ਆ ਜਾਂਦੀ ਸੀ ਤਾਂ ਕਿੱਦਾਂ ਬੋਲਦੇ ਹੁੰਦੇ ਸੀ? ਬੋਲ ਕੇ ਦਿਖਾਓ। ਅੱਖਾਂ ਬੰਦ ਕਰਕੇ ਬੋਲਦੇ ਸੀ ਨਾ ਵੀ ਤੁਸੀਂ ਵਾਰੀ ਦੇਣ ਜਾਣਾ ਤਾਂ ਤੁਸੀਂ ਉੱਚੀ ਉੱਚੀ ਬੋਲਣਾ, ਫਿਰ ਕਹਿੰਦੇ ਹੁੰਦੇ ਸੀ ਆ ਜਾਵਾਂ, ਕੀ ਬੋਲਦੇ ਹੁੰਦੇ ਸੀ? ਬੋਲ ਕੇ ਦਿਖਾਓ। ਖੇਡੇ ਨਹੀਂ ਕਦੀ? ਕਿਹੜੀ ਗੇਮ ਖੇਡਦੇ ਸੀ ਛੋਟੇ ਹੁੰਦੇ? ਕਿੱਦੂ ਵਾਲੀ, ਕਿੱਦੂ ਛੜਾ ਮਾਰਦੇ ਆ ਬਸ। ਹੋਰ ਬਸ, ਕੋਕਲਾ ਛਪਾਕੀ ਖੇਡੇ ਕਦੇ? ਹਾਂਜੀ। ਬੋਲ ਕੇ ਸਿਖਾਓ ਫਿਰ। ਕੋਕਲਾ ਛਪਾਕੀ ਜੰਮੇ ਰਾਤ ਆਈ ਹੈ, ਇਦਾਂ ਥੋੜੀ ਨਾ ਬੋਲ। ਹਾਂਜੀ, ਪੂਰਾ ਜਿਵੇਂ ਪ੍ਰੋਪਰ ਖੇਡਦੇ ਬੱਚੇ ਹੁੰਦੇ ਛੋਟੇ ਹੁੰਦੇ, ਇਦਾਂ ਹੀ ਖੇਡਦੇ ਅਸੀਂ। ਕੋਕਲਾ ਛਪਾਕੀ ਜੰਮੇ ਰਾਤ ਆਈ ਹੈ, ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈ ਹੈ। ਠੀਕ ਹੈ, ਥੈਂਕ ਯੂ। ਰਾਧਾ ਵਰਮਾ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਰਾਧਾ ਵਰਮਾ ਹੈ, ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ। ਆਪ ਸਭ ਨੂੰ ਪਿਆਰੇ ਹੋਏ ਪਿਆਰੇ ਪਿਆਰੇ ਮਹਿਮਾਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਥੈਂਕ ਯੂ। ਪੰਜਾਬੀ ਸੱਭਿਆਚਾਰ ਉਹ ਸਲਵਾਰ ਕਮੀਜ਼ ਪਾਉਂਦੇ ਹਾਂ ਆਪਾਂ, ਪੱਛਮੀ ਉਹ ਹੈ ਜੋ ਵੈਸਟਰਨ। ਸੋਚ ਨਾਲ ਵੀ, ਸੋਚ ਪੱਛਮੀ ਲੋਕ ਪੰਜਾਬੀ ਸੱਭਿਆਚਾਰ ਨੂੰ ਅਪਣਾਉਣ ਤੇ ਮਜਬੂਰ ਹੋ ਗਏ ਕਿ ਸਾਡਾ ਸੱਭਿਆਚਾਰ ਇੰਨਾ ਸੋਹਣਾ। ਹਾਂਜੀ, ਉਹਨਾਂ ਦੇ ਹਰੇਕ ਗਾਣੇ ਦੇ ਵਿੱਚ ਮੈਡਮ ਠੀਕ ਹੈ ਨਾ,
ਢੋਲ ਦੀ ਬੀਟ ਸੁਣਾਈ ਦਿੰਦੀ ਆ। ਹਾਂਜੀ ਕਿਉਂ? ਕਿਉਂਕਿ ਸਾਡਾ ਸੱਭਿਆਚਾਰ ਹੈ ਹੀ ਬਹੁਤ ਸੋਹਣਾ। ਹੁੰਦਾ ਕੀ ਹੈ ਸੱਭਿਆਚਾਰ? ਉਹ ਹੁੰਦਾ ਹੈ ਜੋ ਥੋੜਾ ਨਰਵਸ ਜੋ ਪੇਕਿਆਂ ਦੇ ਕਨਫਿਊਜ਼ ਨਾ ਹੋ ਆਰਾਮ ਨਾਲ। ਸੱਭਿਆਚਾਰ ਜਿਹੜਾ ਪ੍ਰਾਚੀਨ ਕਲਾ ਅੰਤਰ ਤੋਂ ਚੱਲਿਆ ਆ ਰਿਹਾ, ਪ੍ਰਾਚੀਨ ਸਮੇਂ ਤੋਂ ਸਾਡੇ ਪੁਸ਼ਤਾਂ ਤੋਂ ਚੱਲਿਆ ਆ ਰਿਹਾ, ਹਾਂਜੀ ਦਾਦੇ ਪੜਦਾਦਿਆਂ ਤੋਂ, ਉਹ ਸਾਨੂੰ ਅੱਗੇ ਅੱਗੇ ਵਿਰਾਸਤ ਵਿੱਚ ਮਿਲ ਰਿਹਾ ਗਾ। ਹਾਂਜੀ ਕੱਲੇ ਸੂਟ ਜਾਂ ਲਾਚੇ ਨਾਲ ਸੀਮਤ ਨਹੀਂ, ਇਹ ਸਾਡੇ ਸਾਰੇ ਪਹਿਰਾਵੇ, ਸਾਡੇ ਲੋਕ ਨਾਚ, ਸਾਡੇ ਗੀਤਾਂ ਦੇ ਵਿੱਚ ਵਸਦਾ, ਇਹ ਸਾਡਾ ਸੱਭਿਆਚਾਰ ਹੈ। ਪੱਛਮੀ ਸੱਭਿਆਚਾਰ ਇਹ ਆ ਜੋ ਸਾਨੂੰ ਵੈਸਟਰਨ ਕੈਨੇਡਾ USA ਤੋਂ ਮਿਲਿਆ ਹੋਇਆ ਗਾ। ਪਰ ਅਸੀਂ ਜੀਨਸ ਪਾ ਕੇ ਜਾਂ ਸਕਰਟ ਪਾ ਕੇ ਉਹਨੂੰ ਸੱਭਿਆਚਾਰ ਨਹੀਂ ਕਹਾਂਗੇ। ਪੱਛਮੀ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਤਾਂ ਸੁਮੇਲ ਹੋ ਰਿਹਾ, ਬਟ ਇੱਕ ਪੱਲਾ ਸਾਡਾ ਫਿਰ ਵੀ ਉੱਪਰ ਆ। ਅਸੀਂ ਆਪਣੇ ਸੱਭਿਆਚਾਰ ਨੂੰ ਜੀਵਾਂਗੇ, ਪੱਛਮੀ ਨੂੰ ਲੈ ਕੇ ਤੁਰਾਂਗੇ, ਤਾਂ ਹੀ ਸਾਡਾ ਸੱਭਿਆਚਾਰ ਜਿੰਦਾ ਰਹੇਗਾ। ਉਹਨੂੰ ਅਪਣਾਉਣਾ ਗਲਤ ਨਹੀਂ, ਬਟ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ। ਹਾਂਜੀ ਕੁੜੀਆਂ ਅੱਜ ਵੀ ਚੁੰਨੀਆਂ ਦੇ ਨਾਲ ਸੋਹਣੀਆਂ ਲੱਗਦੀਆਂ ਨੇ, ਜੀਨਾਂ ਨਾਲ ਨੇ। ਹਾਂਜੀ ਨੰਬਰ 2 ਤੇ ਸੱਭਿਆਚਾਰ ਨਾਲ ਰਿਲੇਟਡ ਪ੍ਰਸ਼ਨ, ਸਾਗ ਬਣਾਉਂਦੇ ਹੋ ਸਾਗ ਘਰ? ਹਾਂਜੀ ਕਾਹਦੇ ਵਿੱਚ ਬਣਦਾ ਸੀ ਪੁਰਾਣੇ ਸਮੇਂ ਵਿੱਚ? ਕੁੱਕਰ 'ਚ। ਅੱਛਾ ਅੱਜ ਕੱਲ੍ਹ ਕਿਹਦੇ 'ਚ ਬਣਾਉਂਦੇ ਹੋ? ਕੁੱਕਰ 'ਚ। ਪਹਿਲੇ ਸਮੇਂ ਦੇ ਵਿੱਚ ਬਣਦਾ ਸੀ ਕੜੀ ਦੇ ਵਿੱਚ, ਹਾਰੇ ਦੇ ਵਿੱਚ। ਸਾਗ ਘੋਟਿਆ ਕਿਹਦੇ ਨਾਲ ਜਾਂਦਾ? ਬੋਲਦਾ ਨੂੰ ਮਦਾਨੀ ਮਿਕਸੀ 'ਚ। ਦੱਸੋ ਜੀ ਮਦਾਨੀ ਨਾਲ? ਨਹੀਂ ਬੱਚੇ ਮਦਾਨੀ ਨਾਲ ਤਾਂ ਦੁੱਧ ਰਿੜਕਦੇ ਆ, ਅੱਗੇ ਆ ਰਹੇ ਨੇ ਇੰਦਰਜੀਤ ਜੀ। ਜ਼ੋਰਦਾਰ ਤਾਲੀਆਂ ਇੰਦਰਜੀਤ ਜੀ ਲਈ। ਪੈਰਾਂ ਤੋਂ ਨੰਗੇ ਫਿਰਦੇ ਸਿਰ 'ਤੇ ਲੱਭਣ ਛਾਵਾਂ, ਮੈਨੂੰ ਰੱਬ ਨੇ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ। ਸਭ ਤੋਂ ਪਹਿਲਾਂ ਮੈਂ ਉਸ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਜਿਹਨੇ ਬਿਨਾਂ ਮੰਗਿਆ ਮੈਨੂੰ ਸਭ ਕੁਝ ਦਿੱਤਾ। ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦੀ ਹਾਂ। ਮੇਰਾ ਨਾਮ ਇੰਦਰਜੀਤ ਕੌਰ ਹੈ, ਮੈਂ ਪਠਾਨਕੋਟ ਤੋਂ ਬਿਲੋਂਗ ਕਰਦੀ ਹਾਂ। ਮੇਰੇ ਜਿਨ੍ਹਾਂ ਨਾਲ ਮੈਂ ਵਿਆਹੀ ਹਾਂ ਉਹਨਾਂ ਦਾ ਨਾਮ ਮਲਕੀਤ ਸਿੰਘ ਹੈ, ਅਤੇ ਜਿਨ੍ਹਾਂ ਦੀ ਮੈਂ ਜਾਈ ਹਾਂ ਉਹਨਾਂ ਦਾ ਨਾਮ ਗੁਰਮੁਖ ਸਿੰਘ ਹੈ, ਅਤੇ ਮੇਰੇ 2 ਬੱਚੇ ਹਨ। ਮੈਂ ਗ੍ਰੈਜੂਏਸ਼ਨ ਆਪਣੀ ਬਿਫੋਰ ਮੈਰਿਜ ਕੀਤੀ ਹੈ, ਅਤੇ ਆਫਟਰ ਮੈਰਿਜ ਮੈਂ MA ਕੀਤੀ ਇਨ ਪੰਜਾਬੀ ਵਿੱਚ। ਉਸ ਤੋਂ ਬਾਅਦ ਮੈਂ ਬੇਸਿਕ ਕੋਸਮੈਟੋਲੋਜੀ ਦਾ ਕੋਰਸ ਕੀਤਾ। ਹੁਣ ਮੈਂ ਫਿਲਹਾਲ ਹਾਊਸ ਵਾਈਫ ਹਾਂ, ਅਤੇ ਨਾਲ ਹੀ ਨਾਲ ਮੈਂ ਟ੍ਰੇਨਿੰਗ ਲੈ ਰਹੀ ਹਾਂ ਫੇਮਸ ਸਲੂਨ ਪੇਜ 3 ਤੋਂ ਬਿਊਟੀਸ਼ੀਅਨ ਦੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਇੰਦਰਜੀਤ ਜੀ। ਹਾਂਜੀ ਇੰਦਰਜੀਤ ਜੀ, ਫੁੰਮਣ ਕਿਹਨੂੰ ਕਹਿੰਦੇ ਨੇ? ਫੁੰਮਣ ਸਰ ਥਰੈਡ ਦਾ ਬਣਿਆ ਹੁੰਦਾ ਨਾ, ਜਿਹੜਾ ਥਰੈਡ ਤੋਂ ਬਣਿਆ ਹੁੰਦਾ, ਚੁੰਨੀਆਂ 'ਤੇ ਵੀ ਲੱਗਦਾ ਆ, ਬਟਨਾਂ ਵਿੱਚ ਵੀ ਲੱਗਦਾ। ਅੱਜ ਕੱਲ੍ਹ ਕੋਈ ਬਟਨ ਟਾਈਪ ਪੁੱਛ ਰਹੇ ਹੋ, ਦੱਸ ਰਹੇ ਹੋ, ਠੀਕ ਹੈ, ਵਧੀਆ ਦੱਸ ਰਹੇ ਹੋ, ਠੀਕ ਹੈ। ਥਰੈਡ ਦਾ ਹੀ ਬਣਿਆ ਹੁੰਦਾ? ਹਾਂਜੀ ਕਲਰਫੁਲ ਥਰੈਡ ਦਾ ਬਣਿਆ ਹੁੰਦਾ ਸਰ। ਕਿੰਨੇ ਨਾਲ ਲੱਗਾ ਹੁੰਦਾ ਸਰ? ਅੱਜ ਕੱਲ੍ਹ ਤਾਂ ਬਟਨਸ ਵਿੱਚ ਵੀ ਲੱਗਿਆ ਹੁੰਦਾ ਆ, ਸੂਟਾਂ 'ਤੇ ਲਗਾਉਂਦੇ ਆ, ਅਤੇ ਚੁੰਨੀਆਂ ਨੂੰ ਵੀ ਲਟਕਣ ਦੀ ਥਾਂ 'ਤੇ ਲਗਾਉਂਦੇ ਆ ਲੈਸ ਵਗੈਰਾ। ਬਿਲਕੁਲ ਸਹੀ ਹੈ। ਆਮ ਤੌਰ 'ਤੇ ਬੰਦੇ ਨੂੰ ਵੀ ਫੁੰਮਣ ਹੀ ਕਿਹਾ ਜਾਂਦਾ, ਆਹ ਉਹ ਫੁੰਮਣਾ ਜਿਹੜਾ ਜਨਾਨੀ ਦੇ ਪੱਲੂ ਨਾਲ ਜ਼ਿਆਦਾ ਫਿਰਦਾ ਹੁੰਦਾ, ਉਹਨੂੰ ਫੁੰਮਣ ਕਹਿੰਦੇ ਨੇ, ਛੇੜਦੇ ਨੇ ਉਹਨੂੰ ਦੁਪੱਟੇ ਦੇ ਨਾਲ ਜਿਹੜਾ ਨੀਚੇ ਲੱਗਦੇ ਹੁੰਦੇ ਸੀ ਉਹਨਾਂ ਨੂੰ ਫੁੰਮਣ ਕਹਿੰਦੇ ਨੇ। ਸ਼ਾਲਾਂ ਦੇ ਵਿੱਚ ਜਿਹੜੀਆਂ ਗੰਢਾਂ ਹੱਥ ਨਾਲ ਔਰਤਾਂ ਮਾਰ ਕੇ ਜਿਹੜੀਆਂ ਤਿਆਰ ਕਰਦੇ ਉਹਨੂੰ ਫੁੰਮਣ ਕਹਿੰਦੇ ਸੀ। ਅਤੇ ਤੁਸੀਂ ਦੱਸ ਸਕਦੇ ਹੋ ਤੁਸੀਂ ਕੰਨਾਂ 'ਚ ਕੀ ਪਾਇਆ? ਝੁਮਕੇ ਸਰ। ਪੱਕੀ ਗੱਲ? ਝੁਮਕੇ
ਕੇ ਵੈਸੇ ਸਰ ਐਡੇ ਨਰਵਸ ਕਿਉਂ ਹੋ ਗਏ ਘਬਰਾ ਗਏ ਰਾਊਂਡ ਵਿੱਚ ਹੁੰਦੇ ਆ ਲਟਕਣ ਵਾਲੇ ਨਹੀਂ ਤੁਸੀਂ ਕੀ ਪਾਇਆ ਮੈਂ ਪੁੱਛ ਰਿਹਾ ਪੰਜਾਬੀ ਵਿੱਚ ਵਾਲੀਆਂ ਕਾਂਟੇ ਕਹਿ ਸਕਦੇ ਇਹਨਾਂ ਨੂੰ ਵਾਲੀਆਂ ਨਹੀਂ ਕਾਂਟੇ ਨਰਵਸ ਨਾ ਹੋ ਘਬਰਾਓ ਨਾ ਸਾਹ ਲਓ ਲੰਬਾ ਜਿਹਾ ਲੋਮ ਵਿਲੋਮ ਕਰ ਲਓ ਥੋੜ੍ਹਾ ਜਿਹਾ ਫੈਂਸੀ ਈਅਰਿੰਗਸ ਦੱਸੋ ਜੋ ਮਾਈਂਡ 'ਚ ਆ ਰਿਹਾ ਦੱਸੋ ਕੀ ਕਹਿੰਦੇ ਇਹਨਾਂ ਨੂੰ ਜੋ ਪਾਇਆ ਤੁਸੀਂ ਕਾਂਟੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਕੁੜੀਆਂ ਦੇ ਵਿਆਹ 'ਚ ਜਿਹੜੇ ਗੀਤ ਗਾਏ ਜਾਂਦੇ ਆ ਉਹਨੂੰ ਕੀ ਕਹਿੰਦੇ ਨੇ ਸੁਹਾਗ ਤੁਹਾਨੂੰ ਕੋਈ ਆਉਂਦਾ ਸੁਹਾਗ ਨੋ ਮੈਮ ਅੱਛਾ ਅਤੇ ਮੁੰਡਿਆਂ ਦੇ ਵਿਆਹ 'ਚ ਘੋੜੀਆਂ ਦੀ ਕੋਈ ਨੋ ਤੁਸੀਂ ਕੀ ਕਿਹਾ ਸੀ ਮੈਂ ਪੰਜਾਬੀ ਦੇ ਵਿੱਚ ਕੀ ਕੀਤਾ ਹੋਇਆ ਐਮ ਏ ਕੀਤੀ ਹੋਈ ਹੈ ਪੰਜਾਬੀ ਦੀ ਐਮ ਏ ਦੇ ਵਿੱਚ ਤਾਂ ਆ ਸਾਰਾ ਕਲਚਰਲ ਚੀਜ਼ਾਂ 'ਤੇ ਆਉਂਦੀਆਂ ਤਾਂ ਤੁਹਾਨੂੰ ਤਾਂ ਆਉਣਾ ਚਾਹੀਦਾ ਥੋੜ੍ਹਾ ਮੈਮ ਸਿੰਗਿੰਗ ਵਿੱਚ ਮਿਊਜ਼ਿਕ ਵਿੱਚ ਤੁਹਾਡੇ ਵਿਆਹ ਵੇਲੇ ਸੁਹਾਗ ਨਹੀਂ ਗਾਏ ਸੀਗੇ ਗਾਏ ਸੀ ਮੈਮ ਪਰ ਯਾਦ ਥੋੜ੍ਹਾ ਕੋਈ ਵੀ ਨਿਊ ਮੈਂ ਲੱਠੇ ਜਿਹੜਾ ਮਰਜ਼ੀ ਚਾਦਰ ਇਹਨੂੰ ਆਪਾਂ ਸੁਹਾਗ ਨਹੀਂ ਮਤਲਬ ਕੁੜੀਆਂ ਦੇ ਵਿਆਹ 'ਚ ਬਹੁਤ ਮਤਲਬ ਆਪਾਂ ਕਈ ਵਾਰੀ ਵਾਕ ਵੀ ਕਰਦੇ ਹਾਂ ਉਹ ਵੀ ਪੰਜਾਬ ਮਤਲਬ ਇੱਕ ਸੁਹਾਗ ਦੇ ਨਾਲ ਹੀ ਉਹਦੇ ਵਿੱਚ ਉਹਦੀਆਂ ਲਾਈਨਾਂ ਯੂਜ਼ ਕੀਤੀਆਂ ਗਈਆਂ ਨੇ ਅੱਛਾ ਤੁਸੀਂ ਜੁੱਤੀ 'ਤੇ ਬੋਲੀ ਸੁਣਾ ਸਕਦੇ ਹੋ ਕੋਈ ਹਾਂਜੀ ਹਾਂਜੀ ਬੋਲੀ ਬੋਲੀ ਹੀ ਹੁਣ ਜਾਂ ਸੌਂਗ ਵੀ ਹੋ ਸਕਦਾ ਬੋਲੀ ਕਿਆ ਸੀਗਾ ਮੈਂ ਚਲੋ ਕੋਈ ਵੀ ਬੋਲੀ ਪਾ ਦਿਓ ਬੱਲੇ ਬੱਲੇ ਵੀ ਨਿੰਮ ਦਾਲਿਆਂ ਦੀ ਕੋਟਣਾ ਬੱਲੇ ਬੱਲੇ ਵੀ ਨਿੰਮ ਦਾਲਿਆਂ ਦੀ ਕੋਟਣਾ ਸੱਸ ਕੁੱਟਣੀ ਸੰਦੂਖਾਂ ਓਲੇ ਨਿੰਮ ਦਾਲਿਆਂ ਦੀ ਕੋਟਣਾ ਸੱਸ ਕੁੱਟਣੀ ਸੰਦੂਖਾਂ ਓਲੇ ਘਰ ਬਚ ਕੇ ਜਾਇਓ ਅੱਜ ਥੈਂਕ ਯੂ ਓਕੇ ਆ ਰਹੀ ਹੈ ਅੰਮ੍ਰਿਤਸਰ ਸ਼ਹਿਰ ਦੀ ਧੀ ਅਤੇ ਪਠਾਨਕੋਟ ਦੀ ਨੂੰਹ ਨਵ ਜੋਤੀ ਸੋਰੀ ਮੈਂ ਅੰਮ੍ਰਿਤਸਰ ਤੋਂ ਅਤੇ ਮੈਰਿਜ ਮੇਰੀ ਪਠਾਨਕੋਟ 'ਚ ਹੋਈ ਹੈ ਵਨ ਬਾਏ ਵਨ ਪ੍ਰਭੂ ਦੀ ਕਿਰਪਾ ਹੈ ਕਿ ਮੇਰੇ ਡ੍ਰੀਮ ਪੂਰੇ ਹੋ ਰਹੇ ਹੈ ਅਤੇ ਅੱਜ ਮੇਰਾ ਡ੍ਰੀਮ ਹੈ ਜਿਹੜਾ ਪੂਰਾ ਹੋਇਆ ਮੈਂ ਇਸ ਸਟੇਜ 'ਤੇ ਖੜ੍ਹੀ ਹਾਂ ਮੇਰੀ ਇੱਕ ਬਹੁਤ ਲਵਲੀ ਫੈਮਲੀ ਹੈ ਮੇਰੇ ਇੱਕ ਲਵਲੀ ਹਸਬੈਂਡ ਹੈ ਬਹੁਤ ਅੱਛੇ ਅਤੇ ਪ੍ਰਭੂ ਨੇ ਮੈਨੂੰ ਦੋ ਬੱਚੇ ਇੱਕ ਬੇਟਾ ਅਤੇ ਇੱਕ ਬੇਟੀ ਹੈ ਬਹੁਤ ਅੱਛੇ ਲਵਲੀ ਬੱਚੇ ਦਿੱਤੇ ਹੈ ਮੇਰੀ ਮੈਰਿਜ ਨੂੰ 40 ਈਅਰਸ ਹੋ ਗਏ ਹੈ ਅਤੇ ਮੈਂ 38 ਈਅਰਸ ਦੀ ਹਾਂ ਦੈਟਸ ਬਾਜੀ ਆਈ ਲਵ ਮਾਈ ਕਲਚਰ ਅੱਛਾ ਜੀ ਸੋ ਦੈਟ ਆਈ ਐਮ ਹੇਅਰ ਠੀਕ ਹੈ ਥੈਂਕ ਯੂ ਜੀ ਐਂਡ ਆਈ ਲਵ ਮਾਈਸੈਲਫ ਆਲਸੋ ਬਹੁਤ ਅੱਛੀ ਗੱਲ ਹੈ ਆਪਣੇ ਆਪ ਨੂੰ ਪਿਆਰ ਕਰਨਾ ਬੜੇ ਵਧੀਆ ਗੱਲ ਹੁੰਦੀ ਹੈ ਅਤੇ ਹਸਬੈਂਡ ਦਾ ਨਾਮ ਕੀ ਦੱਸਿਆ ਪ੍ਰਭੂ ਮਿਸਟਰ ਸੰਦੀਪ ਗੁਪਤਾ ਨਹੀਂ ਤੁਸੀਂ ਕਹਿ ਰਹੇ ਸੀ ਨਾ ਪ੍ਰਭੂ ਨੇ ਦੋ ਬੱਚੇ ਦਿੱਤੇ ਨੇ ਇਹ ਸਾਡਾ ਕਲਚਰ ਹੈ ਸਾਨੂੰ ਜੋ ਵੀ ਅੱਛੇ ਅੱਛੇ ਲਵਲੀ ਗਿਫਟ ਮਿਲਦੇ ਆ ਸੀ ਉਹ ਪ੍ਰਭੂ ਦੀ ਕਿਰਪਾ ਹੀ ਅੱਛਾ ਰੱਬ ਤੋਂ ਮਿਲਦੇ ਜਾਣੇ ਹਾਂਜੀ ਠੀਕ ਹੈ ਤੇ ਕੀ ਸ਼ੌਂਕ ਕੀ ਹੈ ਤੁਹਾਡੇ ਸ਼ੌਂਕ ਹੈ ਅੱਜ ਮੇਰਾ ਇਹ ਸ਼ੌਂਕ ਹੈ ਜਿਹੜਾ ਮੈਂ ਇੱਥੇ ਖੜੀ ਹਾਂ ਆਓ ਕੀ ਸ਼ੌਂਕ ਹੈ ਉਹੀ ਤਾਂ ਪੁੱਛ ਰਹੇ ਸਟੇਜ ਕੈਰ ਸਟੇਜ ਤੇ ਖੜਨ ਦਾ ਸ਼ੌਂਕ ਹੈ ਵਾਕ ਰੈਂਪ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਅੱਛਾ ਰੈਂਪ ਵਾਕ ਦੇ ਵਿੱਚ ਕੀ ਸਪੈਸ਼ਲਿਟੀ ਹੁੰਦੀ ਤੇ ਫੈਸ਼ਨ ਸ਼ੋਅ 'ਚ ਕੀ ਫਰਕ ਹੁੰਦਾ
रैंप वॉक असी बेसिकली मेरे ख्याल च मैं अज तक ये बारे डिस्कस या कभी सोचा नहीं रैंप वॉक असी किसी लिए भी कर सकते हैं। तो सर तुसी दूसरा पॉइंट की क्या सी फैशन आई थिंक फैशन तो असी कभी भी कर सकते हैं मार्केट जाना तो भी फैशन मैरिज से जाना तो भी फैशन। मैडम रैंप वॉक ते फैशन वॉक आई डोंट थिंक व्हाट इज द डिफरेंस सॉरी आई डोंट नो। अगर शौक है तुहानू ते उंदे लई जानकारी रखना भी जरूरी है ठीक है इहनू जरूर इंप्लीमेंट कराया करो इह नहीं भी आपां आए हां स्टेज दे उत्ते कोई भी गल कही सारिआं वास्ते ही है थोड़ा फॉलो करो। ओके थैंक यू। पेशन और पैशन अपनी लाइफ दा अपनाओ ਤਾਂ ਹੀ ਤੁਸੀਂ ਬਾਹਰ ਨਿਕਲ ਕੇ ਆ ਸਕਦੇ ਹੋ ਤੁਹਾਨੂੰ ਵੇਖ ਕੇ ਆਈਡੋਲੋਜੀ ਬਣ ਸਕਦੇ ਹੋ ਤੁਹਾਨੂੰ ਵੇਖ ਕੇ ਹੋਰ ਲੇਡੀਜ਼ ਬਾਹਰ ਆ ਸਕਦੀਆਂ ਸਾਡੇ ਕੋਲ ਅੱਜ ਦੀ ਰਜਿਸਟ੍ਰੇਸ਼ਨ ਕਿੰਨੀਆਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਤੁਸੀਂ ਸਾਰੀਆਂ ਲੱਕੀ ਹੋ ਤੁਹਾਨੂੰ ਐਡੇ ਸਪੋਰਟਿਵ ਫੈਮਿਲੀ ਮਿਲੀਆਂ ਤੁਸੀਂ ਅੱਜ ਸਟੇਜ 'ਤੇ ਖੜੇ ਹੋ ਆਪਣੇ ਇੱਕ ਡ੍ਰੀਮ ਲੈ ਕੇ ਜੋ ਸੋਚ ਸੀ ਦਿਮਾਗ 'ਤੇ ਉਹਨੂੰ ਪੂਰਾ ਕਰ ਰਹੇ ਹੋ ਜਿੱਥੇ ਆਪ ਤੁਸੀਂ ਅੱਜ ਆਏ ਹੋ ਆਪਣੇ ਹੋਰ ਫਰੈਂਡ ਸਰਕਲ ਦੇ ਵਿੱਚ ਜਿੱਥੇ ਵੀ ਤੁਹਾਨੂੰ ਮੈਰਿਡ ਵੂਮਨਸ ਬੰਦੇ ਉਹਨਾਂ ਨੂੰ ਕਹੋ ਵੀ ਤੂੰ ਉਹ ਪਾਰਟੀਸਪੈਂਟ ਜ਼ਰੂਰ ਕਰਨ ਇਸ ਤੋਂ ਬਾਅਦ ਚੰਡੀਗੜ੍ਹ ਆਡੀਸ਼ਨ ਨੇ ਤਾਂ ਮੈਂ ਇਹ ਵੀ ਚਾਹਾਂਗਾ ਅਗਰ ਕੋਈ ਕੰਟੈਸਟੈਂਟ ਰਹਿ ਗਏ ਨੇ ਜਿਹੜੇ ਤੁਹਾਡੇ ਨੌਨ ਚਾਹੁੰਦੇ ਉਹਨਾਂ ਕੋਲ ਚੰਡੀਗੜ੍ਹ ਆ ਕੇ ਆਡੀਸ਼ਨ ਜ਼ਰੂਰ ਦਿਓ। ਥੈਂਕ ਯੂ। ਓਕੇ ਥੈਂਕ ਯੂ ਸਰ। ਹੈਲੋ ਨਵਜੋਤੀ। ਹੈਲੋ ਮੈਮ। ਹਾਂਜੀ ਬਹੁਤ ਸੋਹਣੇ ਲੱਗ ਰਹੇ ਹੋ ਤੁਸੀਂ। ਐਂਡ ਯੂ ਆਲਸੋ। ਐਂਡ ਯੂ ਆਲਸੋ ਲੁਕਿੰਗ ਆਲਵੇਜ਼ ਵੈਰੀ ਬਿਊਟੀਫੁਲ। ਥੈਂਕ ਯੂ ਸੋ ਮੱਚ। ਮੇਰਾ ਕੁਐਸਚਨ ਇਹ ਹੈ ਕਿ ਤੁਹਾਡੇ 'ਚ ਇਹੋ ਜਿਹੀ ਕਿਹੜੀ ਖਾਸ ਗੱਲ ਹੈ ਜਿਹੜੀ ਸਾਰੇ ਕੰਟੈਸਟੈਂਟਸ ਨਾਲੋਂ ਤੁਹਾਨੂੰ ਅਲੱਗ ਕਰਦੀ ਹੈ? ਮੇਰੇ 'ਚ ਜੋ ਖਾਸ ਗੱਲ ਹੈ ਉਹ ਸਿਰਫ ਮੈਨੂੰ ਹੀ ਪਤਾ ਹੈ। ਮੈਨੂੰ ਲੱਗਦਾ ਹੈ ਕਿ ਕਿਤੇ ਵੀ ਕੋਈ ਗਲਤ ਕੰਮ ਹੁੰਦਾ ਹੋਏ ਜਾਂ ਉਹ ਮੇਰੇ ਨਾਲ ਹੁੰਦਾ ਹੋਏ ਜਾਂ ਕਿਸੇ ਹੋਰ ਨਾਲ ਹੁੰਦਾ ਹੈ ਮੈਂ ਚੁੱਪ ਨਹੀਂ ਬਹਿ ਸਕਦੀ। ਮੈਂ ਉਹਦੇ ਲਈ ਕੁਛ ਮਤਲਬ ਜੋ ਮੇਰੇ ਕੋਲ ਹੋ ਸਕਦਾ ਹੈ ਉਹਦੇ ਫੇਵਰ 'ਚ ਅਤੇ ਮੈਂ ਆਟੋਮੈਟਿਕਲੀ ਹੀ ਕਰਕੇ ਚਲੇ ਵੀ ਜਾਂਦੀ ਹਾਂ। ਪਰ ਕੋਈ ਕੁਆਲਿਟੀ ਤੁਹਾਡੀ ਬਿਊਟੀ ਦੇ ਰਿਲੇਟਿਡ ਜਾਂ ਕੋਈ ਤੁਹਾਡੀ ਰੈਮ ਵਾਕ ਅੱਛੀ ਹੈ ਕੀ ਵਧੀਆ ਹੈਗਾ ਤੁਹਾਡੇ 'ਚ? ਮਾਈ ਬਿਊਟੀ ਮਾਈ ਫੇਸ ਆਈ ਥਿੰਕ ਮਾਈ ਫੇਸ ਇਜ਼ ਵੈਰੀ ਚਾਰਮਿੰਗ ਦੈਟ ਇਜ਼ ਵਟ ਐਲਸ ਦੈਨ ਸੋ ਮਤਲਬ ਤੁਹਾਨੂੰ ਕਿਉਂ ਲੱਗਦਾ ਕਿ ਅਸੀਂ ਤੁਹਾਨੂੰ ਚੁਣੀਏ ਅੱਜ ਮਿਸਿਸ ਪਠਾਨਕੋਟ ਬਣਾਈਏ ਤੁਹਾਨੂੰ ਕੁਛ ਤਾਂ ਖਾਸ ਹੋਏਗਾ? ਮਾਈ ਬਿਊਟੀ ਮਾਈ ਕੌਨਫੀਡੈਂਟ ਐਂਡ ਮਾਈ ਸਮਾਈਲ ਐਂਡ ਐਵਰੀਥਿੰਗ। ਓਕੇ ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ ਯਾ ਵੀ ਡੂ ਥੈਂਕ ਯੂ ਮੈਮ। ਐਕਸਕਿਊਜ਼ ਮੀ ਆਪ ਕ੍ਰਿਸ਼ਨ ਜੀ ਕੇ ਭਗਤ ਹੈ ਨਾ? ਕ੍ਰਿਸ਼ਨ ਜੀ ਦੇ ਹੋਰ ਬਹੁਤ ਸਾਰੇ ਨਾਮ ਹੈ ਕੋਈ ਉਹਨਾਂ ਦੇ ਪੰਜ ਨਾਮ ਦੱਸ ਦਿਓ ਹੋਰ। ਤੁਸੀਂ ਆਉਂਦੇ ਹਰੇ ਕ੍ਰਿਸ਼ਨਾ ਕਿਹਾ ਅਤੇ ਮੈਨੂੰ ਲੱਗਾ ਮੇਰੇ ਅੰਦਰ ਸਵਾਲ ਉੱਠਿਆ ਕਿ ਨਹੀਂ ਪੁੱਛਣਾ ਚਾਹੀਦਾ। ਗੋਪਾਲ ਜੀ ਠਾਕੁਰ ਜੀ ਜਗਨਨਾਥ ਜੀ ਵਿਸ਼ਨੂੰ ਜੀ ਨਾਮ ਨਹੀਂ ਮੈਂ ਸੋਰੀ ਸਵਰੂਪ ਬੋਲ ਗਈ ਹਾਂਜੀ ਠਾਕੁਰ ਜੀ ਗੋਪਾਲ ਜੀ ਜੋ ਉਹਨਾਂ ਦੇ ਨਾਮ ਨੂੰ ਰਿਪ੍ਰਜੈਂਟ ਕਰਦੇ ਹੁਣ ਕਿ ਹਾਂ ਇਹ ਵੀ ਉਹਨਾਂ ਦਾ ਹੀ ਤਰਜਨੁਮਾ ਹੈ ਨਾਮ ਦਾ ਉਹ ਚੀਜ਼ ਕਾਨ੍ਹਾ ਯਸ਼ੋਦਾ ਨੰਦਨ ਮਾਖਨ ਚੋਰ ਆਈ ਥਿੰਕ ਓਕੇ ਥੈਂਕ ਯੂ ਥੈਂਕ ਯੂ